सब तो पहले ही सारे नू प्यार भरी सत श्री अकाल, स्वागत है थोड़ा एक बार फिर अपने यूट्यूब चैनल शाहड़ जोन पर। अज आप चलांगे कौरी दड़बा, देख के आवांगे भी किवें बंद किए हुए ने रस्ते, किसान यूनियन ने सब चौंक जाम रस्ते जाम किए हुए ने। करदे आं वीडियो स्टार्ट, अज बने रहो नाल। अज अपने नाल हैगा संजू दादा, चलदे आं पहला कौरी फिर दड़बे, आ जाओ देखदे आं फिर करदे आं वीडियो स्टार्ट। तुसी देख लो इत्थों शाहड़ तों दे रस्तियां ते सारा बंद किया होया, कौरी वाला ट्रैक्टर ला के ते इत्थे धरना। ਤੁਸੀਂ ਦੇਖਿਆ ਸੀਗਾ ਪਹਿਲਾਂ ਕੌਰੀ ਗਏ ਤੇ ਕੌਰੀ ਇੰਨਾ ਕੱਟ ਹੈ ਨਹੀਂ ਗਾ, ਵੈਸੇ ਸੜਕਾਂ ਵਾਲੇ ਨਾਲੋਂ ਟਰੈਕਟਰ ਲਾ ਕੇ ਜਾਮ ਕੀਤੀਆਂ ਹੋਈਆਂ ਨੇ, ਹੁਣ ਆ ਗਏ ਰੋਗਲੇ, ਰੋਗਲੇ ਤੋਂ ਕੈਂਪਰ ਹੋ ਕੇ ਜਾਵਾਂਗੇ ਦੜਬੇ, ਦੜਬੇ ਦੇਖਦੇ ਹਾਂ ਕਿੰਨਾ ਕੁ ਇਕੱਠ ਹੈ। ਇਹ ਆ ਰੋਗਲਾ, ਅੱਜ ਭਾਰਤ ਬੰਦ ਦਾ ਸੱਦਾ, ਲੋਕ ਪੂਰਾ ਸਾਥ ਦੇ ਰਹੇ ਨੇ। ਦੇਖੋ ਤੁਸੀਂ ਹੁਣ ਜਾ ਰਹੇ ਹਾਂ ਅੱਗੇ ਦੜਬੇ, ਦੜਬੇ ਦੇਖਦੇ ਹਾਂ ਜਾ ਕੇ, ਉੱਥੇ ਵੀ ਜਾਮ ਲਾਇਆ ਹੋਇਆ ਪੁਲ ਥੱਲੇ। ਸਾਰੇ ਕਿਤੇ ਦੁਕਾਨਾਂ ਬੰਦ ਨੇ, ਬਿਲਕੁਲ ਦੁਕਾਨਾਂ ਬੰਦ ਨੇ, ਕਿਤੇ ਦੁਕਾਨ ਖੁੱਲ੍ਹੀ ਨਹੀਂ ਹੈਗੀ। ਦੁਕਾਨਾਂ ਬੰਦ ਨੇ, ਆਹ ਦੇਖ ਲਿਆ ਤੁਸੀਂ ਰੋਗਲੇ ਪਿੰਡ 'ਚ ਵੀ ਕੋਈ ਦੁਕਾਨ ਖੁੱਲ੍ਹੀ ਨਹੀਂ ਹੈਗੀ। ਲਓ ਜੀ ਕੈਂਪਰ ਆ ਗਏ, ਅਸੀਂ ਚੱਲਦੇ ਚੱਲਦੇ ਇੱਥੇ ਵੀ ਦੇਖ ਲਓ ਕੋਈ ਦੁਕਾਨ ਖੁੱਲ੍ਹੀ ਨਹੀਂ, ਸਭ ਬੰਦ ਨੇ, ਲੋਕਾਂ ਦਾ ਪੂਰਾ ਵਧੀਆ ਉਤਸ਼ਾਹ ਪੂਰਾ ਸਾਥ ਦੇ ਰਹੇ ਨੇ, ਦੁਕਾਨਾਂ ਬੰਦ ਰੱਖ ਕੇ। ਅੱਜ ਊਂ ਵੀ ਟ੍ਰੈਫਿਕ ਰੂਕ ਹੈ ਨਹੀਂ, ਅੱਜ ਰੋਡ 'ਤੇ ਨਹੀਂ, ਆਮ ਟ੍ਰੈਫਿਕ ਦੇਖ ਲਓ ਰੋਡਾਂ 'ਤੇ ਕਿੰਨੀ ਹੁੰਦੀ ਹੈ। ਅੱਜ ਪੰਜਾਬ ਬੰਦ ਕਰਕੇ ਬਿਲਕੁਲ ਵੀ ਰੋਡਾਂ 'ਤੇ ਟ੍ਰੈਫਿਕ ਨਹੀਂ ਹੈਗੀ, ਸਭ ਦੁਕਾਨਾਂ ਦੁਕਾਨਾਂ ਬੰਦ ਨੇ। ਦੁਕਾਨਾਂ ਤਾਂ ਕੀ ਖੁੱਲ੍ਹੀਆਂ ਹੋਣੀਆਂ, ਅੱਜ ਬੰਦੇ ਨਹੀਂ ਦਿਖ ਰਹੇ ਸੜਕਾਂ 'ਤੇ, ਦੇਖ ਸਕਦੇ ਤੁਸੀਂ ਚੰਮੀ ਖਾਲੀ ਪਈਆਂ ਨੇ ਸੜਕਾਂ ਬਿਲਕੁਲ ਹੀ। ਦੜਬੇ ਆ ਗਏ, ਦੇਖ ਸਕਦੇ ਹੋ ਤੁਸੀਂ ਹੁਣ ਇੱਥੇ ਵੀ ਦੁਕਾਨਾਂ ਸਾਰੀ ਬੰਦ ਨੇ ਏ ਟੂ ਜੈਡ, ਨਿਗਾਹ ਮਾਰ ਲਓ ਜਿਸਮ ਨਿਗਾਹ ਮਾਰਦੇ ਉੱਤੇ ਦੁਕਾਨਾਂ ਬੰਦ, ਲੋਕਾਂ ਨੇ ਪੂਰਾ ਸਾਥ ਦਿੱਤਾ ਭਾਰਤ ਬੰਦ ਦਾ। ਕੀ ਕਹਿਣਾ, ਕੋਈ ਮੈਡੀਕਲ ਵਾਲੀ ਦੁਕਾਨ ਖੁੱਲ੍ਹੀ ਹੋ ਸਕਦੀ ਹੈ ਨਹੀਂ, ਬਾਕੀ ਤਕਰੀਬਨ ਬੰਦੇ ਨੇ।
ਪਹੁੰਚ ਗਏ ਪੁਲ ਥੱਲੇ ਆ ਸਾਹਮਣੇ ਧਰਨਾ ਲਓ ਜੀ ਗੜਬੇ ਆ ਗਏ ਅਸੀਂ ਧਰਨੇ ਕੋਲ ਦੇਖ ਲਓ ਤੁਸੀਂ ਹੁਣ ਦਿਖਾਉਂਦੇ ਸਾਨੂੰ ਇਕੱਠ ਹੋ ਰਹੇ ਕਿੰਨਾ ਸਾਨੂੰ ਟਰੈਕਟਰ ਦਿਖਾਉਂਦੇ ਆ ਟਰਾਲੀ ਤਿਆਰ ਕਰੀ ਹੋਈ ਇਹਨਾਂ ਨੂੰ ਕਰੀ ਪਰਾਂ ਮਾੜਾ ਜਿਹਾ ਕਿਸਾਨ ਯੂਨੀਅਨ ਵੱਲੋਂ ਚਾਹ ਦਾ ਲੰਗਰ ਲਾਇਆ ਹੋਇਆ ਇੱਧਰ ਬਾਈ ਭਾਂਡਿਆਂ ਦੀ ਸੇਵਾ ਕਰ ਰਹੇ ਨੇ ਕਰ ਗਿਆ ਤੇ ਕੱਲ ਤੋਂ 11ਵਾਂ ਮਹੀਨਾ ਸ਼ੁਰੂ ਹੋਣਾ ਹੈ ਪਰ ਪੰਜਾਬ ਦੇ
ਵਿੱਚ ਇਹ ਲੜਾਈ 5 ਜੂਨ 2020 ਤੋਂ ਸ਼ੁਰੂ ਹੋਈ ਹੈ ਜਿਹੜੀ ਤਕਰੀਬਨ ਸਵਾ ਸਾਲ ਇੱਕ ਪੂਰਾ ਇਤਿਹਾਸਕ ਘੋਲ ਉਹ ਘੋਲ ਜਿਹਨੇ ਸਮੁੱਚੀ ਜਨਤਾ ਨੂੰ ਹਲੂਣਿਆ ਉਸ ਗੱਤ ਜਿਹੜਾ ਭਾਰਤ ਦਾ ਨਹੀਂ ਅੱਜ ਸਾਰੇ ਸੰਸਾਰ ਦੀਆਂ ਅੱਖਾਂ ਇਸ ਗੱਲ 'ਤੇ ਲੱਗੀਆਂ ਨੇ ਕਿ ਉਹ ਯੋਧੇ ਕਿਹੜੇ ਇਸ ਭਾਰਤ ਕਰਕੇ ਚੱਲ ਰਹੇ ਹੈ ਕਿਹੜੇ ਯੋਧੇ ਇਸ ਭਾਰਤ ਕਰਕੇ ਚੱਲ ਰਹੇ ਹੈ ਕਿਹੜੇ ਸਾਰੇ ਬਰੇਗਾਂ ਨੇ ਕਿਹੜੇ ਰਾਤ ਮਾਰਾਂ ਦਾ ਉਹ ਰਾਤ ਮਾਰੇ ਯੋਧੇ ਜਾਣ ਦੇ ਲਈ ਪੂਰੀ ਜਦੋਂ ਜੈਤ ਦੇ ਨਾਲ ਪੂਰੀ ਮਮਤਾ ਦੇ ਨਾਲ ਮੈਡੀਕਲ ਪ੍ਰੈਕਸ਼ਨਰ ਐਸੋਸੀਏਸ਼ਨ ਪੰਜਾਬ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਅਨਵਰ ਜੀ ਜੋ ਸਾਡੀ ਉਹਨਾਂ ਦੀ ਅਗਵਾਈ ਦੇ ਹੇਠ ਅੱਜ ਬਲਾਕ ਦੜਬਾ ਵੱਲੋਂ ਅਸੀਂ ਇੱਥੇ ਇੱਕ ਮੈਡੀਕਲ ਦਵਾਈਆਂ ਦਾ ਫ੍ਰੀ ਕੈਂਪ ਲਾ ਰਹੇ ਹਾਂ ਜੋ ਕਿ ਜਿਸ ਦਿਨ ਤੋਂ ਵੀ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਇਸ ਦਿਨ ਤੋਂ ਲੈ ਕੇ ਅੱਜ ਤੱਕ ਜਿੱਥੇ ਜਿੱਥੇ ਵੀ ਕਿਸਾਨਾਂ ਦੇ ਪ੍ਰੋਟੈਸਟ ਹੋਏ ਨੇ ਅਸੀਂ ਕਿਸਾਨਾਂ ਦੀ ਹਮਾਇਤ ਕਰਦੇ ਹਾਂ ਸੋ ਜਿੰਨਾ ਚਿਰ ਵੀ ਉਹ ਪ੍ਰੋਟੈਸਟ ਚੱਲਦੇ ਰਹਿਣਗੇ ਅਸੀਂ ਵੱਧ ਤੋਂ ਵੱਧ ਡਟ ਕੇ ਕਿਸਾਨਾਂ ਦੀ ਹਮਾਇਤ ਕਰਾਂਗੇ ਜਿਹੜੇ ਇਹ ਮੋਦੀ ਦੇ ਤਿੰਨੇ ਕਾਲੇ ਕਾਨੂੰਨ ਨੇ ਇਹਨਾਂ ਨੂੰ ਵਾਪਸ ਕਰਵਾ ਕੇ ਹੀ ਦਮ ਲਵਾਂਗੇ ਸੋ ਇਹ ਸਾਡਾ ਵਾਅਦਾ ਵੀ ਜਿੰਨੀ ਦੇਰ ਤੱਕ ਪ੍ਰੋਟੈਸਟ ਚੱਲਣਗੇ ਅਸੀਂ ਕਿਸਾਨਾਂ ਦੀ ਵੱਧ ਚੜ੍ਹ ਕੇ ਹਮਾਇਤ ਕਰਦੇ ਰਹਾਂਗੇ ਅਤੇ ਬਾਕੀ ਜਿੱਥੇ ਜਿੱਥੇ ਵੀ ਸਾਡੀ ਜ਼ਰੂਰਤ ਆ ਜਿੱਥੇ ਜਿੱਥੇ ਵੀ ਪ੍ਰੋਟੈਸਟ ਹੁੰਦੇ ਨੇ ਭਾਵੇਂ ਉਹ ਦਿੱਲੀ ਆ ਅਸੀਂ ਜਾ ਕੇ ਉੱਥੇ ਮੈਡੀਕਲ ਪ੍ਰੈਕਸ਼ਨਰ ਵੱਲੋਂ ਫ੍ਰੀ ਸਿਹਤ ਸੇਵਾਵਾਂ ਦੇ ਰਹੇ ਹਾਂ ਅਤੇ ਦਿੰਦੇ ਰਹਾਂਗੇ ਬਾਈ ਹਾਂਜੀ ਆਪਾਂ ਆ ਗਏ ਹੁਣ ਵਾਪਸ ਪਹਿਲਾਂ ਗਏ ਸੀਗੇ ਕੌਰੀ ਫਿਰ ਗਏ ਸੀਗੇ ਰੋਗਲੇ ਫਿਰ ਗਏ ਕੈਂਪਰ ਫਿਰ ਗਏ ਦੜਬੇ ਚਾਰਾਂ ਦਾ ਤੁਹਾਨੂੰ ਦਿਖਾਤਾ ਸਭ ਕੋਈ ਦੁਕਾਨ ਖੁੱਲ੍ਹੀ ਨਹੀਂ ਸੀ ਸਿਰਫ ਮੈਡੀਕਲ ਦੀ ਦੁਕਾਨ ਖੁੱਲ੍ਹੀਆਂ ਨੇ ਉਹ ਤਾਂ ਜ਼ਰੂਰੀ ਨੇ ਯਾਰ ਕੋਈ ਬਿਮਾਰ ਠਮਾਰ ਵੀ ਹੋ ਸਕਦਾ ਬਾਕੀ ਸਾਰਾ ਦੁਕਾਨਾਂ ਤਕਰੀਬਨ ਬੰਦ ਨੇ A to Z ਕੌਰੀ ਕਸਬਾ ਪੈਂਦਾ ਉੱਥੇ ਇਕੱਠ ਘੱਟ ਸੀਗਾ ਦਿੜਬਿਆ ਇਕੱਠ ਪੂਰਾ ਜ਼ਿਆਦਾ ਹੈ ਤੋ ਇੱਕ ਆਪਾਂ ਨੇ ਜੋ ਟਰੈਕਟਰ ਦਿਖਾਇਆ ਟਰਾਲੀ ਨਾਲ ਨਿਊ ਹੋਲੈਂਡ ਉਹ 'ਤੇ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਵੀ ਇਹ ਟਰੈਕਟਰ 'ਤੇ ਕਿੰਨਾ ਖਰਚਾ ਆਇਆ ਕਿੰਨਾ ਇਹ ਟਰਾਲੀ 'ਤੇ ਖਰਚਾ ਆਇਆ ਕਿੰਨੇ ਦੀ ਤਿਆਰ ਹੋਈ ਹੈ ਕਿੱਥੋਂ ਤਿਆਰ ਹੋਈ ਹੈ ਸਾਰੀ ਇੰਟਰਵਿਊ ਲੈ ਕੇ ਸਭ ਵੀਡੀਓ 'ਤੇ ਬਣਾਵਾਂਗੇ ਆਪਾਂ ਇਸ ਕਰਕੇ ਆਪਾਂ ਨੇ ਜ਼ਿਆਦਾ ਵੀਡੀਓ ਇਸ 'ਚ ਨਹੀਂ ਲਈ ਉਹ ਟਰੈਕਟਰ ਦੀ ਅਗਲੀ ਵੀਡੀਓ 'ਚ ਦੇਖਦੇ ਹਾਂ ਅਗਲੀ ਜਾਂ ਜਦੋਂ ਵੀ ਟਾਈਮ ਲੱਗਿਆ ਇੱਕ ਦੋ ਦਿਨਾਂ 'ਚ ਆਪਾਂ ਉਹ ਵੀਡੀਓ ਸ਼ੂਟ ਕਰਕੇ ਲਿਆਵਾਂਗੇ ਫਿਰ ਨਾਲ ਦੀ ਨਾਲ ਪਾ ਦਾਂਗੇ
एक सोनू बेनती होर है, अपना चैनल देखते तो बहुत ने, तकरीबन 31% लोग यह जे जो इन्होंने सबसक्राइब नहीं किया हो वीडियो देखते हैं, वह चैनल नू सबसक्राइब कर लो, बैल आइकन का बटन ऑल आलते कर लो, ता जो सोनू अगली वीडियो का नोटिफिकेशन मिल सके। अगली वीडियो तक सत श्री अकाल।